ਜਾਣਾ ਕਿੱਥੇ ਆ? ਮੂਹਰੇ ਤਾਂ ਨਿਓਲਾ ਖੜਾ। ਤੂੰ ਸਾਥੋਂ ਮਰਨਾ ਜਾਈ ਬੁੜਿਆ। ਅੱਖਾਂ ਥੱਲੇ ਬੁਲਬੁਲੇ ਦੇਖ ਕੇ ਕਿਸੇ ਨੂੰ ਅੰਡਰਐਸਟੀਮੇਟ ਨਹੀਂ ਕਰੀਦਾ ਹੁੰਦਾ। ਕਈ ਵਾਰੀ ਅੱਖਾਂ ਬੰਦੇ ਦੀਆਂ ਜਮਾਂਦਰੂਏ ਸੁੱਜੀਆਂ ਹੁੰਦੀਆਂ। ਪ੍ਰੋਫੈਸਰ ਸਾਹਿਬ, ਤੁਸੀਂ ਆਪਣਾ ਲੈਵਲ ਦੇਖੋ, ਕਿਉਂ ਇਹਨਾਂ ਬਦਤਮੀਜ਼ਾਂ ਦੇ ਮੂੰਹ ਲੱਗਦੇ ਹੋ? ਹਾਂ ਗੋਲਡੀ ਬੋਲ। ਓ ਯਾਰ, ਉਹ ਮੈਂ ਤੈਨੂੰ ਦੱਸਣਾ ਸੀ, ਉਹ ਬੰਦੇ ਅੱਜ ਭੇਜੇ ਨਹੀਂ ਜਾਣੇ ਮੇਰੇ ਕੋਲੋਂ। ਹੈਂ? ਓ ਯਾਰ, ਤੈਨੂੰ ਮਾਤਾ ਦਾ ਪਤਾ ਹੀ ਆ, ਉਹਨੇ ਕਹਿਤਾ ਕੋਈ ਬੰਦਾ ਨਹੀਂ ਜਾਏਗਾ ਕਿਤੇ। ਓ ਗੋਲਡੀ, ਤੈਨੂੰ ਇੱਕ ਕੰਮ ਕਿਹਾ ਤੇ ਤੋਰ ਨਹੀਂ ਹੁੰਦਾ ਯਾਰ। ਓ ਯਾਰ, ਤੈਨੂੰ ਹੁਣ ਮਾਤਾ ਦਾ ਪਤਾ, ਤੰਦੂਰ ਵਾਲੀ ਸੀਖ ਮਾਰਦੀ ਆ ਮੋਰਾਂ 'ਚ ਜੇ ਗੁੱਸੇ 'ਚ ਆ ਜਾ ਤਾਂ। ਹੁਣ ਮੈਂ ਜਾ ਕੇ ਪ੍ਰੋਫੈਸਰ ਸਾਹਿਬ ਨੂੰ ਰੋਕਦਾ, ਕਿਤੇ ਹੋਰ ਨਾ ਕਿਸੇ ਨਾਲ ਪੰਗਾ ਲੈ ਲੈਣ। ਇੱਕ ਮਿੰਟ, ਹੱਥ ਚੱਕਣ ਤੋਂ ਪਹਿਲਾਂ ਹੱਥ ਜ਼ਰੂਰ ਧੋ ਲਈ। ਕਿਉਂ? ਕਿਉਂਕਿ ਗੰਦੇ ਹੱਥਾਂ ਨਾਲ ਮੈਂ ਕੁਝ ਨਹੀਂ ਖਾਂਦਾ, ਚਾਹੇ ਮੁੱਕਾ ਹੀ ਕਿਉਂ ਨਾ ਹੋਵੇ। ਗੱਲ ਤਾਂ ਮੁੱਕਾ ਮੂੰਹ ਤੋਂ 7-7 ਇੰਚੀ ਪਾਸੇ ਦੀ ਕੱਢਣ ਦੀ ਹੋਈ ਸੀ, ਇਹ ਸਾਲਾ ਨੇ ਜਵਾੜਾ ਹੀ 7 ਇੰਚੀ ਪਾਸੇ ਕਰਤਾ। ਮੈਨੂੰ ਕਹਿੰਦਾ ਸੀ 2-4 ਮੁੱਕੇ ਤਾਂ ਖਾਣੇ ਹੀ ਪੈਣੇ ਆ, ਪਰ ਮੈਨੂੰ ਲੱਗਦਾ ਮੈਨੂੰ ਤਾਂ ਦੂਜੇ ਨਹੀਂ ਝੱਲਿਆ ਜਾਣਾ। ਮੇਰੇ ਮੂੰਹੋਂ ਗਾਲ ਨਿਕਲਣ ਲੱਗੀ ਸੀ, ਉਹਨੇ ਐਡੀ ਜ਼ੋਰ ਦੀ ਕਿਉਂ ਮਾਰਿਆ? ਹੁਣ ਤੂੰ ਹੌਲੀ ਮਾਰੀ। ਮੈਂ ਕਿਹਾ ਸੀ ਹੌਲੀ ਮਾਰਨ, ਸਾਲੇ ਨੇ ਪਹਿਲਾਂ ਨਾਲੋਂ ਵੀ ਜ਼ੋਰ ਦੀ ਮਾਰਿਆ। ਇੱਕ ਮਿੰਟ, ਜਦ ਪੈਸੇ ਪੂਰੇ ਦੇਣੇ ਆ ਫਿਰ ਛੱਲੀ ਅੱਗੂ ਦੇਣ ਦਾ ਕੀ ਮਤਲਬ? ਕਿਹੜੇ ਪੈਸੇ ਹੋਏ? ਓਏ ਰੁਕੋ ਰੁਕੋ, ਇਹਨਾਂ ਨੂੰ ਨਾ ਮਾਰੋ ਵੀਰ ਜੀ, ਪਲੀਜ਼। ਇਹਨਾਂ ਵੱਲੋਂ ਮੈਂ ਸੌਰੀ ਕਹਿ ਦਿੰਨੀ ਆ। ਸੌਰੀ ਨਹੀਂ, ਹੁਣ ਤਾਂ ਆਈ ਲਵ ਯੂ ਕਹਿਣਾ ਪੈਣਾ। ਆਈ ਲਵ ਯੂ ਕਹਿੰਦੀ ਆ ਮੇਰੀ ਜੁੱਤੀ। ਇਹੀ ਜੁੱਤੀਆਂ ਹੁਣ ਇਹਦੇ ਵਰਣਗੀਆਂ। ਹਾਏ ਹਾਏ, ਉਮਰ ਦਾ ਤਾਂ ਖਿਆਲ ਕਰੋ ਬੁੱਢੇ ਬੰਦੇ ਦੀ। ਮੁੰਡਾ ਨਾ ਕਹੋ, ਛਿੱਤਰ ਭਾਵੇਂ ਤੋਂ ਫਾਲਤੂ ਮਾਰ ਲੈਣ ਤੈਨੂੰ। ਹਾਏ, ਮੇਰੀ ਬਾਹਰ ਆਮ ਰੋਡ ਕੱਚ 'ਚ ਫੋੜਾ ਨਿਕਲਿਆ। ਦੇਖ ਹੁਣ ਤੇਰਾ ਕਿਵੇਂ ਫੇਨੇ ਆ ਸੀ ਫੋੜਾ। ਆਪਾਂ ਬੰਦੇ ਕੁਝ ਜ਼ਿਆਦਾ ਹੀ ਪ੍ਰੋਫੈਸ਼ਨਲ ਨੇ ਬੁਲਾ ਲਏ। ਇਹ ਸੱਚੀ ਪ੍ਰੋਫੈਸ਼ਨਲ ਨੇ? ਤੁਹਾਨੂੰ ਪਹਿਲੇ ਕਿਸੇ ਨੂੰ ਤੁਰੀ ਪਤਾ ਲੱਗਿਆ? ਆਪਣੇ ਵਾਲੇ ਬੰਦੇ ਤਾਂ ਕਿਸੇ ਕਾਰਨ ਕਰਕੇ ਪਹੁੰਚ ਹੀ ਨਹੀਂ ਸਕੇ, ਇਹ ਤਾਂ ਸੱਚੇ ਗੁੰਡੇ ਨੇ। ਵੀਰੇ, ਆਪਣੀ ਕਾਹਦੀ ਲੜਾਈ ਆ? ਆਪਣਾ ਕੋਈ ਵੰਡਿਆ ਹੋਇਆ? ਬਸ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਗਈ ਸੀ। ਆਹ ਦੇਖੋ, ਸਿਮਰਨ ਨੇ ਤੁਹਾਡੇ ਕੋਲੋਂ ਮਾਫ਼ੀ ਮੰਗ ਲਈ ਆ। ਬਾਕੀ ਗੱਲ ਰਹੀ ਲਵ ਯੂ ਦੀ, ਉਹ ਮੈਂ ਕਹਿ ਦਿੰਦਾ, ਲਵ ਯੂ ਡਾਰਲਿੰਗ, ਲਵ ਯੂ ਜਾਨ। ਉਦੋਂ ਤਾਂ ਬੜਾ ਨਿਓਲੇ ਵਾਂਗੂ ਝੱਗ ਕੱਢਦਾ ਸੀ, ਹੁਣ ਕਿੱਥੇ ਗਿਆ ਤੇਰਾ ਜ਼ਹਿਰ? ਵੀਰੇ, ਮੈਂ ਜ਼ਹਿਰ ਦਾ ਨਹੀਂ, ਮੈਂ ਤਾਂ ਸ਼ਹਿਦ ਦਾ ਭਰਿਆ ਹੋਇਆ। ਕੋਈ ਨਹੀਂ, ਹੁਣੇ ਦੇਖ ਤੇਰਾ ਸ਼ਹਿਦ ਕਿਵੇਂ ਚੋਨੇ ਆ। ਚੁੰਦਾ ਨਾ ਡੂਣੇ ਚ ਸ਼ਾਇਦ ਹੁਣ। ਚੜਾਇਆ ਚੰਦ, ਮੈਨੂੰ ਇਸੇ ਚੀਜ਼ ਦਾ ਡਰ ਸੀ। ਹਾਏ ਹਾਏ, ਸਾਲਿਆ ਹੁਣੇ ਵੀ ਤੋੜਨ ਕਿ ਮੇਰੇ ਹਿੱਸਾ ਦੇਣ ਲੱਗਿਆ ਹੋਇਆ। ਆ ਜਾਓ ਧਿਆਨ ਨਾਲ ਪ੍ਰੋਫੈਸਰ ਸਾਹਿਬ, ਧਿਆਨ ਬਿਠਾ ਕੇ ਬਿਠਾ ਕੇ ਆ ਜਾਓ, ਆ ਜਾਓ ਇੱਥੇ ਬਿਠਾ ਲਓ, ਬਿਠਾ ਲਓ, ਬਿਠਾ ਲਓ ਬਸ। ਹਾਏ, ਮੈਨੂੰ ਤਾਂ ਛੱਡੋ, ਹੋਰ ਲਓ ਪੰਗੇ। ਕੁਝ ਵੀ ਕਹੋ ਪ੍ਰੋਫੈਸਰ ਸਾਹਿਬ,
ਕੁੱਟਣਾ ਕੋਈ ਬਾਹਲੀ ਵੱਡੀ ਕਲਾ ਨੀ, ਕੁੱਟ ਖਾਣਾ ਉਸ ਤੋਂ ਵੀ ਵੱਡੀ ਕਲਾ ਜਿਹੜੀ ਤੁਹਾਡੇ ਚ ਕੁੱਟ ਕੁੱਟ ਕੇ ਭਰੀ ਹੋਈ ਹੈ। ਸਾਲਿਆਂ ਦੇ ਕਲਾ ਭਰੀ ਵੀ ਤਾਂ ਮੇਰੇ ਚ ਕੁੱਟ ਕੁੱਟ ਕੇ ਆ। ਹਾਏ ਮੰਮੀ, ਪ੍ਰੋਫੈਸਰ ਸਾਹਿਬ ਤੁਸੀਂ ਸੱਚੇ ਮਰਦ ਹੋ, ਜਿਹੜਾ ਕੁਛ ਤੁਸੀਂ ਕਰਕੇ ਮੈਥੋਂ ਤਾਂ ਨੀ ਹੋਣਾ ਸੀ। ਹਾਂ, ਤੁਹਾਡੇ ਕੋਲ ਵਾਕਈ ਨਹੀਂ ਹੋਣਾ ਸੀ, ਕਿਉਂਕਿ ਤੁਸੀਂ ਇੱਕ ਸੱਚੇ ਤੇ ਸ਼ਰੀਫ ਇਨਸਾਨ ਹੋ ਸਤਨਾਮ ਜੀ। ਨਾ ਇਹ ਕਿਹੜੇ ਜੇਬ ਚਾਕੂ ਰੱਖਦੇ ਨੇ, ਇਹ ਵੀ ਸ਼ਰੀਫ ਹੀ ਨੇ। ਤੁਹਾਡੀ ਤਾਂ ਗੱਲ ਹੀ ਹੋ ਰਿਹਾ ਸਤਨਾਮ ਜੀ। ਕੀ ਹੋਇਆ, ਸੱਟਾਂ ਰੜਕਦੀਆਂ ਨੇ? ਇਹ ਹਾਏ ਸੱਟਾਂ ਦੀ ਨੀ, ਇਹ ਤਾਂ ਜਿਹੜਾ ਕੜੀ ਮੁੜੀ ਤੈਨੂੰ ਘੋਟ ਘੋਟ ਕੇ ਸਤਨਾਮ ਜੀ ਕਹਿੰਦੀ ਆ ਨਾ, ਇਹ ਉਹਦੀ ਰੜਕ ਪੈਂਦੀ ਆ। ਕੀ ਹੋਇਆ? ਰੜਕ ਪੈਂਦੀ ਆ। ਹਾਂ ਤਾਂ ਰੜਕ ਤਾਂ ਪੈਣੀ ਆ, ਇਸ ਉਮਰ ਚ ਟੁੱਟੀਆਂ ਹੱਡੀਆਂ ਅਗਲੇ ਜਨਮ ਚ ਵੀ ਦੁਖਦੀਆਂ ਰਹਿੰਦੀਆਂ। ਕੀ ਲੋੜ ਸੀ ਤੁਹਾਨੂੰ ਬਦਮਾਸ਼ਾਂ ਨਾਲ ਪੰਗਾ ਲੈਣ ਦੀ? ਹਾਂ ਹਾਂ ਪ੍ਰੋਫੈਸਰ ਸਾਹਿਬ ਦੱਸੋ, ਪ੍ਰੋਫੈਸਰ ਸਾਹਿਬ ਦੱਸੋ, ਉਹੀ ਗੱਲ ਸਾਹਮਣੇ ਦੱਸੋ ਨਾ ਹੁਣ ਮੂੰਹ ਤੇ। ਇਹ ਕਹਿੰਦੇ ਹੁੰਦੇ ਨੇ ਜੇ ਮੇਰੀ ਅੱਖਾਂ ਸਾਹਮਣੇ ਸਿਮਰਨ ਜੀ ਨੂੰ ਕੋਈ ਛੇੜੇ ਨਾ, ਮੈਨੂੰ ਬਰਦਾਸ਼ਤ ਨਹੀਂ ਹੁੰਦਾ। ਠੀਕ ਹੈ, ਬਦਮਾਸ਼ ਮੈਨੂੰ ਛੇੜਨਗੇ ਤਾਂ ਇਹ ਮੈਨੂੰ ਬਚਾ ਲੈਣਗੇ, ਪਰ ਇਹਨਾਂ ਤੋਂ ਮੈਨੂੰ ਕੌਣ ਬਚਾਓ? ਇਹ ਤਾਂ ਨਿੱਤ ਮੈਨੂੰ ਛੇੜਦੇ ਆ। ਉਹਨਾਂ ਨਾਲ ਮੱਥਾ ਲਾਉਣ ਤੋਂ ਪਹਿਲਾਂ ਇਹ ਤਾਂ ਦੇਖ ਲੈਣਾ ਸੀ ਕਿ ਤੁਹਾਡੇ ਪੱਟਾਂ ਜਿੱਡੇ ਜਿੱਡੇ ਉਹਨਾਂ ਦੇ ਡੋਲੇ ਆ। ਵੱਡੇ ਗਾਮਾ ਪਹਿਲਵਾਨ, ਇਹਨੇ ਮੇਰੇ ਪੱਟ ਕਦੋਂ ਦੇਖ ਲਏ? ਮੈਂ ਤਾਂ ਇਹਦੇ ਮੂਹਰੇ ਕਦੇ ਨਿੱਕਰ ਪਾ ਕੇ ਵੀ ਨਹੀਂ ਨਿਕਲਿਆ। ਯਾਰਾ, ਇਹ ਤਾਂ ਸਾਹਿਬਾਂ ਨਾਲੋਂ ਵੀ ਸੈਲਫਿਸ਼ ਨਿਕਲੀ। ਉੱਧਰ ਤਾਂ ਮਿਰਜ਼ੇ ਦੀ ਧੂਕ ਸੀਟ ਹੋਣ ਲੱਗੀ ਹੋਈ ਸੀ ਤੇ ਬਗਾਨੇ ਦੇ ਡੋਲੇ ਨਾਪਣ ਲੱਗੀ ਹੋਈ ਸੀ।